ਇਸ ਵਕਤ ਦੀ ਵੱਡੀ ਖਬਰ ਐਮਪੀ ਰਵਨੀਤ ਬਿੱਟੂ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ। ਦੱਸਦੀਏ ਕਿ ਐਮਪੀ ਰਵਨੀਤ ਬਿੱਟੂ ਦੇ ਗਨਮੈਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਸ਼ੱਕੀ ਹਾਲਾਤਾਂ ਦੇ ਵਿੱਚ ਇਹ ਗੋਲੀ ਲੱਗੀ ਹੈ ਤੇ CISF ਜਵਾਨ ਸੰਦੀਪ ਕੁਮਾਰ ਦੀ ਮੌਕੇ ਤੇ ਹੀ ਮੌਤ ਹੋਈ ਹੈ। ਆਪਣੀ ਹੀ ਪਿਸਟਲ ਦੀ ਗੋਲੀ ਲੱਗੀ ਹੈ। ਕਿਹਾ ਜਾ ਰਿਹਾ ਕਿ ਗੋਲੀ ਗਰਦਨ ਤੋਂ ਹੁੰਦੀ ਹੋਈ ਸਿਰ ਦੇ ਆਰ ਪਾਰ ਹੋ ਗਈ, ਜਿਸ ਦੇ ਕਾਰਨ CISF ਦੇ ਜਵਾਨ ਸੰਦੀਪ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਲੁਧਿਆਣਾ ਦੀ ਸਥਿਤ ਬਿੱਟੂ ਦੀ ਕੋਠੀ ਤੇ ਤੈਨਾਤ ਸੀ ਇਹ ਗਨਮੈਨ ਤੇ ਆਪਣੇ ਕਮਰੇ ਦੇ ਵਿੱਚ ਹੀ ਕਿਹਾ ਜਾ ਰਿਹਾ ਹੈ ਕਿ ਗਨਮੈਨ ਦੇ ਗੋਲੀ ਲੱਗੀ ਹੈ। 32 ਸਾਲ ਦਾ ਸੰਦੀਪ ਕੁਮਾਰ UP ਦੇ ਮੁਜ਼ੱਫਰਪੁਰ ਦਾ ਰਹਿਣ ਵਾਲਾ ਸੀ। ਘਟਨਾ ਵੇਲੇ ਕੋਠੀ ਦੇ ਵਿੱਚ MP ਰਵਨੀਤ ਬਿੱਟੂ ਮੌਕੇ ਤੇ ਮੌਜੂਦ ਨਹੀਂ ਸਨ। ਹਾਲਾਂਕਿ ਹਾਦਸੇ ਦਾ ਪਤਾ ਲੱਗਣ ਤੋਂ ਬਾਅਦ ਉਹ ਜ਼ਰੂਰ ਮੌਕੇ ਤੇ ਪਹੁੰਚੇ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, MP ਰਵਨੀਤ ਬਿੱਟੂ ਦੇ ਗਨਮੈਨ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ, ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਸ਼ੱਕੀ ਹਾਲਾਤਾਂ ਦੇ ਵਿੱਚ ਇਹ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਹੁਣ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, MP ਰਵਨੀਤ ਬਿੱਟੂ ਦੇ ਗਨਮੈਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਇਸ ਵਕਤ ਦੀ ਵੱਡੀ ਖਬਰ MP ਰਵਨੀਤ ਬਿੱਟੂ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ। ਦੱਸਦੀਏ ਕਿ MP ਰਵਨੀਤ ਬਿੱਟੂ ਦੇ ਗਨਮੈਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਸ਼ੱਕੀ ਹਾਲਾਤਾਂ ਦੇ ਵਿੱਚ ਇਹ ਗੋਲੀ ਲੱਗੀ ਹੈ ਤੇ CISF ਜਵਾਨ ਸੰਦੀਪ ਕੁਮਾਰ ਦੀ ਮੌਕੇ ਤੇ ਹੀ ਮੌਤ ਹੋਈ ਹੈ। ਆਪਣੀ ਹੀ ਪਿਸਟਲ ਦੀ ਗੋਲੀ ਲੱਗੀ ਹੈ। ਕਿਹਾ ਜਾ ਰਿਹਾ ਕਿ ਗੋਲੀ ਗਰਦਨ ਤੋਂ ਹੁੰਦੀ ਹੋਈ ਸਿਰ ਦੇ ਆਰ ਪਾਰ ਹੋ ਗਈ, ਜਿਸ ਦੇ ਕਾਰਨ CISF ਦੇ ਜਵਾਨ ਸੰਦੀਪ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਲੁਧਿਆਣਾ ਦੀ ਸਥਿਤ ਬਿੱਟੂ ਦੀ ਕੋਠੀ ਤੇ ਤੈਨਾਤ ਸੀ ਇਹ ਗਨਮੈਨ ਤੇ ਆਪਣੇ ਕਮਰੇ ਦੇ ਵਿੱਚ ਹੀ ਕਿਹਾ ਜਾ ਰਿਹਾ ਹੈ ਕਿ ਗਨਮੈਨ ਦੇ ਗੋਲੀ ਲੱਗੀ ਹੈ। 32 ਸਾਲ ਦਾ ਸੰਦੀਪ ਕੁਮਾਰ UP ਦੇ ਮੁਜ਼ੱਫਰਪੁਰ ਦਾ ਰਹਿਣ ਵਾਲਾ ਸੀ। ਘਟਨਾ ਵੇਲੇ ਕੋਠੀ ਦੇ ਵਿੱਚ MP ਰਵਨੀਤ ਬਿੱਟੂ ਮੌਕੇ ਤੇ ਮੌਜੂਦ ਨਹੀਂ ਸਨ। ਹਾਲਾਂਕਿ ਹਾਦਸੇ ਦਾ ਪਤਾ ਲੱਗਣ ਤੋਂ ਬਾਅਦ ਉਹ ਜ਼ਰੂਰ ਮੌਕੇ ਤੇ ਪਹੁੰਚੇ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, MP ਰਵਨੀਤ ਬਿੱਟੂ ਦੇ ਗਨਮੈਨ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ, ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਸ਼ੱਕੀ ਹਾਲਾਤਾਂ ਦੇ ਵਿੱਚ ਇਹ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਹੁਣ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, MP ਰਵਨੀਤ ਬਿੱਟੂ ਦੇ ਗਨਮੈਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਇਸ ਵਕਤ ਦੀ ਵੱਡੀ ਖਬਰ MP ਰਵਨੀਤ ਬਿੱਟੂ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ। ਦੱਸਦੀਏ ਕਿ MP ਰਵਨੀਤ ਬਿੱਟੂ ਦੇ ਗਨਮੈਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਸ਼ੱਕੀ ਹਾਲਾਤਾਂ ਦੇ ਵਿੱਚ ਇਹ ਗੋਲੀ ਲੱਗੀ ਹੈ ਤੇ CISF ਜਵਾਨ ਸੰਦੀਪ ਕੁਮਾਰ ਦੀ ਮੌਕੇ ਤੇ ਹੀ ਮੌਤ ਹੋਈ ਹੈ। ਆਪਣੀ ਹੀ ਪਿਸਟਲ ਦੀ ਗੋਲੀ ਲੱਗੀ ਹੈ। ਕਿਹਾ ਜਾ ਰਿਹਾ ਕਿ ਗੋਲੀ ਗਰਦਨ ਤੋਂ ਹੁੰਦੀ ਹੋਈ ਸਿਰ ਦੇ ਆਰ ਪਾਰ ਹੋ ਗਈ, ਜਿਸ ਦੇ ਕਾਰਨ CISF ਦੇ ਜਵਾਨ ਸੰਦੀਪ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਲੁਧਿਆਣਾ ਦੀ ਸਥਿਤ ਬਿੱਟੂ ਦੀ ਕੋਠੀ ਤੇ ਤੈਨਾਤ ਸੀ ਇਹ ਗਨਮੈਨ ਤੇ ਆਪਣੇ ਕਮਰੇ ਦੇ ਵਿੱਚ ਹੀ ਕਿਹਾ ਜਾ ਰਿਹਾ ਹੈ ਕਿ ਗਨਮੈਨ ਦੇ ਗੋਲੀ ਲੱਗੀ ਹੈ। 32 ਸਾਲ ਦਾ ਸੰਦੀਪ ਕੁਮਾਰ UP ਦੇ ਮੁਜ਼ੱਫਰਪੁਰ ਦਾ ਰਹਿਣ ਵਾਲਾ ਸੀ। ਘਟਨਾ ਵੇਲੇ ਕੋਠੀ ਦੇ ਵਿੱਚ MP ਰਵਨੀਤ ਬਿੱਟੂ ਮੌਕੇ ਤੇ ਮੌਜੂਦ ਨਹੀਂ ਸਨ। ਹਾਲਾਂਕਿ ਹਾਦਸੇ ਦਾ ਪਤਾ ਲੱਗਣ ਤੋਂ ਬਾਅਦ ਉਹ ਜ਼ਰੂਰ ਮੌਕੇ ਤੇ ਪਹੁੰਚੇ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, MP ਰਵਨੀਤ ਬਿੱਟੂ ਦੇ ਗਨਮੈਨ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ, ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਸ਼ੱਕੀ ਹਾਲਾਤਾਂ ਦੇ ਵਿੱਚ ਇਹ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਹੁਣ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, MP ਰਵਨੀਤ ਬਿੱਟੂ ਦੇ ਗਨਮੈਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ।